ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਡੀ ਵੀਡੀਓ ਦੇ ਵਿੱਚ ਸਾਰੇ ਹੀ ਸੰਗਤ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਜਿਵੇਂ ਤੁਸੀਂ ਰੋਜ਼ ਸੁਣਦੇ ਹੀ ਹੈ ਬਾਬਾ ਜੀ ਪਾਸੋਂ, ਬਾਬਾ ਜਤਿੰਦਰ ਸਿੰਘ ਜੀ ਆਯੁਰਵੇਦ ਦੇ ਨਾਲ ਜਿਹੜੇ ਬਹੁਤ ਵਧੀਆ ਇਲਾਜ ਹਰ ਇੱਕ ਬਿਮਾਰੀ ਦਾ ਦੱਸਦੇ ਹਨ, ਅਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਬਾਬਾ ਜੀ, ਜਿਹੜਾ ਅੱਜ ਕੱਲ੍ਹ ਦੇ ਇਸ ਮੌਸਮ ਦੇ ਵਿੱਚ ਸਕਿੰਨ ਦੀਆਂ ਬਿਮਾਰੀਆਂ ਬਹੁਤ ਹੈ ਜੀ, ਚਮੜੀ ਦੇ ਰੋਗ, ਉਹਦੇ ਬਾਰੇ ਕੁਝ ਆਪ ਜੀ ਸੰਗਤ ਨੂੰ ਚਾਨਣਾ ਪਾਓ ਜੀ। ਪਹਿਲਾਂ ਤਾਂ ਜੀ ਦਸ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਿਲਕੁਲ, ਤੁਹਾਡਾ ਜਿਹੜਾ ਸਵਾਲ ਆ ਇਹ ਵਾਜਬ ਆ ਜੀ। ਇਹ ਜਿਹੜਾ ਹੁਣ ਬਰਸਾਤੀ ਮੌਸਮ ਆ, ਇਹਦੇ ਵਿੱਚ ਕਈਆਂ ਨੂੰ ਪਾਣੀ ਦੇ ਕਰਕੇ ਜੀ ਸਕਿੰਨ ਦੀ ਪ੍ਰੋਬਲਮ ਹੋ ਜਾਂਦੀ ਹੈ ਜੀ, ਕਈਆਂ ਨੂੰ ਦਦਰਾਂ ਹੁੰਦੀਆਂ, ਚੰਬਲ ਹੋ ਜਾਂਦੀ, ਸੋਰਾਇਸਿਸ ਹੋ ਜਾਂਦੀ, ਕਈਆਂ ਨੂੰ ਚਮੜੀ ਦੇ ਪੁਰਾਣੇ ਰੋਗ ਹੁੰਦੇ ਆ ਜੀ, ਉਹਨਾਂ ਦੇ ਵਾਸਤੇ ਇਸ ਸਥਾਨ ਦੇ ਉੱਤੇ ਬਹੁਤ ਜਿਹੜੀ ਆ ਵਧੀਆ ਦਵਾਈ ਜਿਹੜੀ ਆਪਾਂ ਤਿਆਰ ਕੀਤੀ ਆ, ਦੇਖੋ ਇਹ ਦੇਈਦੀ ਆ ਜੀ, ਜਿੱਦਾਂ ਦਾ ਮਰਜ਼ੀ ਚਮੜੀ ਦਾ ਰੋਗ ਹੋਵੇ ਜੀ, ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਸਹੀ ਹੋ ਜਾਂਦਾ। ਠੀਕ ਹੈ। ਹਾਂ ਜਿੱਦਾਂ ਸੋਰਾਇਸਿਸ ਹੋ ਗਈ ਆ ਅਤੇ ਉਹ ਥੋੜ੍ਹੇ ਲੰਬਾ ਪ੍ਰੋਸੈਸਿੰਗ ਹੁੰਦੀ ਉਹਦੀ ਦਵਾਈ ਦੀ, ਉਹ 2 ਮਹੀਨੇ 4 ਮਹੀਨੇ ਖਾ ਕੇ ਤਾਂ ਉਹ ਦਵਾਈ ਦੇ ਨਾਲ ਰੋਗ ਜਿਹੜਾ ਸੈੱਟ ਹੋ ਜਾਂਦਾ। ਪਰ ਆਹ ਜਿਹੜਾ ਬਰਸਾਤੀ ਮੌਸਮ ਆ, ਇਹਦੇ ਵਿੱਚ ਵੈਸੇ ਵੀ ਆਪਣੇ ਆਪ ਨੂੰ ਸਕਿੰਨ ਨੂੰ ਸਾਫ਼ ਰੱਖਣਾ ਚਾਹੀਦਾ, ਸੁੱਕਿਆਂ ਰੱਖਣਾ ਚਾਹੀਦਾ ਜੀ, ਅਤੇ ਕਿਉਂਕਿ ਪ੍ਰਿਕੋਸ਼ਨ ਤਾਂ ਜ਼ਰੂਰੀ ਆ ਮੌਸਮ ਦੇ ਵਿੱਚ ਜੀ 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 ਜੀ, ਅਤੇ ਕਿਉਂਕਿ ਜੱਟ ਜ਼ਿਮੀਂਦਾਰ ਹੋਰ ਫਸਲਾਂ ਦੇ ਕੰਮ ਕਾਰ 'ਚ ਪਾਣੀ 'ਚ ਵੜਦੇ, ਗੰਦੇ 'ਚ ਵੜ ਗਏ ਜੀ, ਅਤੇ ਉਹ ਸਕਿੰਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਆ। ਇੱਕ ਦੂਆ ਡੱਬਾ ਵੀ ਪਿਆ ਬਾਬਾ ਜੀ, ਇਹ ਇਹਦੇ ਵਾਸਤੇ ਜਿਹੜੀ ਦਵਾਈ ਦਿੱਤੀ ਜਾਂਦੀ ਪੂਰੀ ਖੁਰਾਕ ਜਿੱਦਾਂ ਬਣਦੀ, ਹਾਂਜੀ ਨਾਲ ਖੁਰਾਕ ਦਿੱਤੀ ਜਾਂਦੀ। ਠੀਕ ਹੈ ਠੀਕ ਹੈ। ਉਹਦੇ ਨਾਲ ਸਕਿੰਨ ਦੀ ਕੋਈ ਵੀ ਪ੍ਰੋਬਲਮ ਹੋਵੇ, ਇਹਦੇ ਸਾਡੇ ਕੋਲ ਰਿਜ਼ਲਟ ਬੜੇ ਵਾਹਿਗੁਰੂ ਦੀ ਕਿਰਪਾ ਨਾਲ। ਠੀਕ ਹੈ ਜੀ। ਤੇ ਜਿੰਨੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਲੈ ਕੇ ਗਏ ਉਹਨਾਂ ਨੂੰ ਸਾਰਿਆਂ ਨੂੰ ਇਸ ਦਵਾਈ ਦੇ ਨਾਲ ਆਰਾਮ ਮਿਲਿਆ। ਠੀਕ ਹੈ ਜੀ ਜੀ। ਨੰਬਰ ਬੋਲ ਦਿਓ ਹਰ ਵਾਰ ਦੀ ਤਰ੍ਹਾਂ, ਨਾਲੇ ਐਡਰੈਸ ਦੇ ਦਿਓ। ਠੀਕ ਹੈ ਜੀ, ਦਸ ਦਾ ਨੰਬਰ ਹੈਗਾ 98767 10788, ਪਿੰਡ ਹਰਦਾਸਪੁਰ, ਗੁਰਦੁਆਰਾ ਪਿਪਲੀ ਸਾਹਿਬ, LPU ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਉੱਥੇ ਸਥਾਨ ਆ। ਆਪਣੇ ਚੈਨਲ ਦੇ ਮਾਧਿਅਮ ਰਾਹੀਂ ਗੁਰੂ ਘਰ ਦੀ ਔਰ ਆਯੁਰਵੈਦ ਦਾ ਜਿਹੜਾ ਬਹੁਤ ਵੱਡਾ ਖਜ਼ਾਨਾ ਤੁਸੀਂ ਦੁਨੀਆ ਦੇ ਨਾਲ ਸਾਂਝਾ ਕਰਦੇ ਆ, ਵਾਹਿਗੁਰੂ ਦੇ ਚਰਨਾਂ ਵਿੱਚ ਤੁਹਾਡੇ ਵਾਸਤੇ ਵੀ ਅਸੀਂ ਅਰਦਾਸ ਕਰਦੇ ਹਾਂ। ਧੰਨਵਾਦ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।